दिल्ली विधानसभा चोणां विच दिल्ली दे सिख वोटरां ने मौजूदा नुमाइंदगी कर रही सिख सियासत नूं मुढ़ो नकार भरोसा आम आदमी पार्टी विच जताया है। आम आदमी पार्टी वल्लों चोण मैदान विच उतारे दोवें उम्मीदवार प्रहलाद सिंह सानी अते जरनैल सिंह जेतू रहे ने तां अकालियां समेत पंथक धिरां दी हमायत दे बावजूद बीजेपी वल्लों उतारे चार सिख उम्मीदवार सिख वोटरां ने नकार दित्ते ने। तां इस दरमियान सवाल उठदे हन कि दिल्ली दा सिख वोट बैंक मौजूदा सिख सियासत तों नाबर हो चुका है कि उह अकाली दल अते बीजेपी पिछली खेड नूं चुका है। असल विच दिल्ली दे सिखां ने बीजेपी दी फाशीवादी अते कट्टर हिंदुत्व दी सोच नूं नकारिया है। दिल्ली दे सिख वोटरां दे रुख नूं समझण विचारण अते परखण दी लोड़ है। दिल्ली दे सिख वोटरां ने बीजेपी वल्लों चोण मैदान विच उतारे अखौती सिख चेहरियां नूं तां जवाब दित्ता ही है, नाल ही इस फाशीवादी धिर दी पिठ उपर आण खड़ियां पंथक धिरां दी अपील नूं वी पूरी तरहां नजरअंदाज कीता है। सो दिल्ली दे इह चोण नतीजे खुद नूं पंथक दसदियां इन्हां धिरां दे भविख ते वी सवालिया निशान लगा गए हन अते सुने उन्हां लई भी स्पष्ट है कि ओह सिर्फ चेहरा मुरा वेख के ही वोट नहीं देणगे, उस चेहरे दे पिछे लुकी असल सोच नूं वी परख के वोट देणगे। बीजेपी वल्लों चोण मैदान विच उतारे सारे सिख चेहरे तराशाई हुंदे नजर आए। वोटां तों ऐन पहलां 1984 सिख कतलेआम विच SIT दी रिपोर्ट दा छेड़िया राग भी कम नहीं आया। कतलेआम दे असर वाले हरिनगर, तिलक नगर, जंगपुरा ते कालका जी वर्गे विधान सभा हल्कियां विच वी सिख वोटरां ने बीजेपी नूं नकारिया। बीजेपी वल्लों उतारे सिख उम्मीदवार सिख बहुल हल्कियां विच ਵੀ ਨਕਾਰੇ ਗਏ। ਤਿਮਾਰਪੁਰ, ਤਿਲਕ ਨਗਰ ਤੇ ਜੰਗਪੁਰਾ ਵਿਚ ਹਿੰਦੂ ਸਿੱਖ ਵੋਟ ਬੈਂਕ ਨਾਲ ਮੈਦਾਨ ਮਾਰਨ ਦੀ ਬੁੰਤਰ ਕਰ ਰਹੀ ਬੀਜੇਪੀ ਦੇ ਚੰਗਾ ਖਾਸਾ ਸਿੱਖ ਵੋਟ ਬੈਂਕ ਹੋਣ ਦੇ ਬਾਵਜੂਦ ਪੈਰ ਨਹੀਂ ਲੱਗ ਸਕੇ। ਰਜਿੰਦਰ ਨਗਰ ਤੋਂ RP ਸਿੰਘ, ਤਿਮਾਰਪੁਰ ਤੋਂ ਸੁਰਿੰਦਰਪਾਲ ਸਿੰਘ ਬਿੱਟੂ, ਹਰੀਨਗਰ ਤੋਂ ਤਜਿੰਦਰਪਾਲ ਬੱਗਾ, ਜੰਗਪੁਰਾ ਤੋਂ ਇਮਪ੍ਰੀਤ ਸਿੰਘ ਬਖਸ਼ੀ ਸਮੇਤ ਕਾਂਗਰਸ ਦੇ ਤਲਵਿੰਦਰ ਸਿੰਘ ਮਰਵਾਹਾ ਕਿਤੇ ਵੀ ਟਿਕਦੇ ਨਜ਼ਰ ਨਹੀਂ ਆਏ। ਤਾਂ ਇੱਥੇ ਉਨ੍ਹਾਂ ਹਲਕਿਆਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਜਿੱਥੋਂ ਅਕਾਲੀ ਦਲ ਚੋਣ ਲੜਦਾ ਰਿਹਾ ਹੈ। ਰਜੌਰੀ ਗਾਰਡਨ, ਹਰੀਨਗਰ, ਸ਼ਹਾਦਰਾ ਅਤੇ ਕਾਲਕਾ ਜੀ ਵਰਗੇ ਵਿਧਾਨ ਸਭਾ ਹਲਕੇ ਜਿੱਥੇ ਅਕਾਲੀ ਦਲ ਦੀ ਚੰਗੀ ਖਾਸੀ ਪੈਠ ਰਹੀ ਹੈ, ਉੱਥੋਂ ਵੀ ਬੀਜੇਪੀ ਦਾ ਬਿਸਤਰਾ ਗੋਲ ਹੋਇਆ ਹੈ। ਅੱਜ ਸਿੱਖ ਵੋਟਰਾਂ ਦਾ ਝੁਕਾ ਆਮ ਆਦਮੀ ਪਾਰਟੀ ਵੱਲ ਰਿਹਾ ਹੈ। ਦਿੱਲੀ ਵਿੱਚ ਚੰਗਾ ਖਾਸਾ ਸਿੱਖ ਵੋਟ ਬੈਂਕ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਦੋ ਸਿੱਖ ਆਗੂਆਂ ਨੂੰ ਛੱਡ ਕੋਈ ਵੀ ਸਿੱਖ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ, ਤਾਂ ਇਸ ਤੇ ਵੀ ਚਿੰਤਨ ਮੰਥਨ ਦੀ ਲੋੜ ਹੈ। ਸਿੱਖ ਨੁਮਾਇੰਦਗੀ ਸਿਮਟ ਕੇ ਇਸ ਵਾਰ ਮਹਿਜ ਦੋ ਹਲਕਿਆਂ ਤੱਕ ਹੀ, ਜਦਕਿ ਦਿੱਲੀ ਦੇ ਦਰਜਨ ਦੇ ਕਰੀਬ ਹਲਕਿਆਂ ਵਿੱਚ ਸਿੱਖ ਵੋਟ ਬੈਂਕ ਦੀ ਬਹੁਤਾਤ ਹੈ। ਨਾਲ ਹੀ ਇਹਨਾਂ ਚੋਣਾਂ ਨੇ ਖੁਦ ਨੂੰ ਪੰਥ ਦੇ ਅਖੌਤੀ ਠੇਕੇਦਾਰ ਸਮਝਦੇ ਆਗੂਆਂ ਨੂੰ ਵੀ ਸਬਕ ਸਿਖਾਇਆ ਹੈ ਕਿ ਸਿੱਖ ਹੁਣ ਉਹਨਾਂ ਦੀਆਂ ਲੂੰਬੜ ਚਾਲਾਂ ਦੇ ਪਿੱਛੇ ਲੱਗਣ ਵਾਲੇ ਨਹੀਂ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਨਮੋਸ਼ੀ ਤੋਂ ਬਚ ਸਕਦਾ ਸੀ ਜੇ ਉਹ ਨਾਗਰਿਕਤਾ ਸੋਧ ਕਾਨੂੰਨ ਵਾਲੇ ਆਪਣੇ ਸਟੈਂਡ ਤੇ ਬਰਕਰਾਰ ਰਹਿੰਦਾ ਅਤੇ ਦਿੱਲੀ ਚੋਣਾਂ ਤੋਂ ਆਪਣੇ ਆਪ ਨੂੰ ਵੱਖ ਕਰ ਲੈਂਦਾ। ਪਰ ਇਸ ਵੇਲੇ ਹਾਲਤ ਨਾ ਕਰਦੇ ਤੇ ਨਾ ਘਾਟ ਵਾਲੀ ਬਣੀ ਹੋਈ ਹੈ, ਤਾਂ ਉਸ ਪਿੱਛੇ ਮੌਜੂਦਾ ਲੀਡਰਸ਼ਿਪ ਦਾ ਦੋਗਲਾ ਚਿਹਰਾ ਜ਼ਿੰਮੇਵਾਰ ਹੈ ਜੋ ਦਿੱਲੀ ਇਕਾਈ ਨੂੰ ਹੁਕਮ ਦੇ ਕੇ ਖੁਦ ਤਾਂ ਲਾਂਬੇ ਹੋ ਗਿਆ, ਪਰ ਹੁਣ ਨਮੋਸ਼ੀ ਉਹਨਾਂ ਨੂੰ ਚੱਲਣੀ ਪੈ ਰਹੀ ਹੈ। ਲੋਕ DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਉਸ ਟਵੀਟ ਨੂੰ ਸਵਾਦ ਲੈ ਕੇ ਸ਼ੇਅਰ ਕਰ ਰਹੇ ਨੇ ਜਿਸ ਵਿੱਚ ਸਿਰਸਾ ਸਾਹਿਬ ਬੀਜੇਪੀ ਦੀ ਜਿੱਤ ਦੀ ਪੇਸ਼ੀਨਗੋਈ ਕਰ ਇਸ ਟਵੀਟ ਦਾ ਸਕਰੀਨ ਸ਼ਾਟ ਸੰਭਾਲ ਕੇ ਰੱਖਣ ਦੀ ਅਪੀਲ ਕਰ ਰਹੇ ਨੇ। ਤਜਿੰਦਰਪਾਲ ਬੱਗਾ ਵਰਗੇ ਬੀਜੇਪੀ ਉਮੀਦਵਾਰ ਦੇ ਕਿੱਸੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਨੇ। ਉਸ ਦੀ ਭੜਕਾਊ ਬਿਆਨਬਾਜ਼ੀ ਅਤੇ ਉਸ ਪਿੱਛੇ ਕੰਮ ਕਰਦੀ ਸੋਚ ਵੀ ਹੁਣ ਬੇਪਰਦਾ ਹੋ ਚੁੱਕੀ ਹੈ ਅਤੇ ਇਹ ਕਿੰਨੇ ਕੁ ਵੱਡੇ ਸਿੱਖ ਚਿਹਰੇ ਹਨ ਅਤੇ ਸਿੱਖ ਵੋਟਰਾਂ ਵਿੱਚ ਉਹਨਾਂ ਦੀ ਕਿੰਨੀ ਕੁ ਮਕਬੂਲੀਅਤ ਹੈ ਇਹ ਹੁਣ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਹੈ ਤੇ ਹਰ ਕੋਈ ਜਾਣ ਚੁੱਕਾ ਹੈ। ਅਤੇ ਬੀਜੇਪੀ ਵੱਲੋਂ ਆਪਣੇ ਰੰਗ ਵਿੱਚ ਰੰਗੇ ਕੁਝ ਸਿੱਖ ਕਹਾਉਂਦੇ ਆਗੂਆਂ ਨੂੰ ਅੱਗੇ ਕਰਨ ਦੀ ਰਣਨੀਤੀ ਨੂੰ ਵੀ ਦਿੱਲੀ ਦੇ ਸਿੱਖ ਵੋਟਰਾਂ ਨੇ ਨਕਾਰ ਦਿੱਤਾ ਹੈ ਅਤੇ ਸੁਨੇਹਾ ਦਿੱਤਾ ਹੈ ਕਿ ਸਰਬ ਸਾਂਝੀਵਾਲਤਾ ਦੇ ਸਿਧਾਂਤ ਵਿੱਚ ਯਕੀਨ ਰੱਖਣ ਵਾਲੀ ਸਿੱਖ ਕੌਮ ਬੀਜੇਪੀ ਦੀਆਂ ਵੰਡ ਪਾਓ ਨੀਤੀਆਂ ਦੀ ਹਮਾਇਤ ਨਹੀਂ ਕਰੇਗੀ ਅਤੇ ਉਹ ਫਾਸ਼ੀਵਾਦੀ ਵਿਚਾਰਧਾਰਾ ਦੇ ਪਿੱਛੇ ਲੱਗਣ ਨੂੰ ਤਿਆਰ ਨਹੀਂ ਅਤੇ ਇਸ ਵਿਚਾਰਧਾਰਾ ਦੇ ਪਿੱਛੇ ਲੱਗ ਬਣੀ ਅਖੌਤੀ ਸਿੱਖ ਲੀਡਰਸ਼ਿਪ ਨੂੰ ਵੀ ਉਹਨਾਂ ਦੀ ਥਾਂ ਵਿਖਾ ਦਿੱਤੀ ਗਈ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੋਏ ਜਾਂ ਫਿਰ ਉਹ ਸਟੱਡੀ ਵੀਜ਼ਾ, ਕਿਸੇ ਵੀ ਕਾਰਨ ਤੋਂ, ਚਾਹੇ SOP ਜਾਂ ਫਿਰ ਤੁਹਾਡੀ ਕੋਰਸ ਦੀ ਸਿਲੈਕਸ਼ਨ ਗਲਤ ਹੋ ਗਈ ਹੈ, ਸੋ ਡੋਂਟ ਵਰੀ, ਵੀ ਹੈਵ ਬੈਸਟ ਡੈਡੀਕੇਟਿਡ ਕੈਨੇਡੀਅਨ ਟੀਮ ਫਰੋਮ ਕੈਨੇਡਾ ਜੋ ਕਿ ਤੁਹਾਨੂੰ 100% ਵੀਜ਼ਾ ਲਗਵਾਉਣ ਵਿੱਚ ਹੈਲਪ ਕਰੇਗੀ। ਦੇਰ ਇਜ਼ ਨੋ ਐਪਲੀਕੇਸ਼ਨ ਫੀ ਫਾਰ ਦਾ ਫਸਟ 100 ਸਟੂਡੈਂਟਸ ਹੂ ਆਰ ਅਪਲਾਈਂਗ ਇਨ ਦਾ ਮੰਥ ਆਫ ਜਨਵਰੀ ਐਂਡ ਫੈਬਰੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।